ਅੱਜ ਅਸੀਂ ਜਿਹੜਾ ਕਿਸਾਨ ਅੰਦੋਲਨ ਚੱਲਦਾ ਹੈ ਉਹਦੇ ਵਾਸਤੇ ਇਲਾਕੇ ਦਾ ਇਕੱਠ ਕੀਤਾ ਕਿ ਕਿਸਾਨ ਅਤੇ ਮਜ਼ਦੂਰ ਦੇ ਮੰਗਾਂ ਦੀ ਗੱਲ ਹੈ। ਆਪਾਂ ਪਿੰਡਾਂ ਵਿੱਚੋਂ ਵੱਧ ਤੋਂ ਵੱਧ ਇਹ ਬਾਰਡਰ 'ਤੇ ਜਿਹੜਾ ਧਰਨਾ ਲੱਗਿਆ ਉਹਦਾ ਸਾਥ ਦਈਏ, ਤਾਂ ਉਹਦੇ ਵਾਸਤੇ ਲੋਕਾਂ ਨੂੰ ਲਾਮਬੰਦ ਕੀਤਾ। ਸਾਡੇ ਟਰੈਕਟਰ ਟਰਾਲੀਆਂ ਭਰ ਕੇ ਉੱਥੇ ਜਾਣਗੀਆਂ ਤਾਂ ਕਿ ਸਰਕਾਰ ਨੂੰ ਜਿਹੜਾ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿਸਾਨਾਂ ਦੇ ਨਾਲ ਜੋ ਜੋ ਮੰਗਾਂ ਮੰਨੀਆਂ ਹੋਈਆਂ, ਖਾਸ ਤੌਰ 'ਤੇ MSP ਦੀ ਜਿਹੜੀ ਡਿਮਾਂਡ ਹੈ ਉਹਦੀ ਗਰੰਟੀ ਦੀ ਡਿਮਾਂਡ ਹੈ, ਔਰ ਕਰਜ਼ਾ ਮਾਫ਼ੀ ਖੇਤ ਮਜ਼ਦੂਰ ਦੇ ਕਰਜ਼ੇ ਦੀ ਗੱਲ ਹੈ, ਉਹ ਜਿਹੜੀਆਂ ਸਾਰੀਆਂ ਮੰਗਾਂ ਉਹ ਮੰਨੇ। ਉਸ ਵਾਸਤੇ ਅਸੀਂ ਅੱਜ ਮੀਟਿੰਗ ਵੱਡੇ ਪੱਧਰ 'ਤੇ ਕੀਤੀ ਹੈ, ਹਰ ਪਿੰਡ 'ਚੋਂ ਸਾਰਿਆਂ ਨੂੰ ਲਾਮਬੰਦ ਕਰਨ ਦੀ ਗੱਲ ਕੀਤੀ ਹੈ, ਔਰ ਕਿਸਾਨਾਂ ਦੀ ਮੰਗ ਨੂੰ ਉਛਾਲਣ ਦੀ ਗੱਲ ਕੀਤੀ ਹੈ ਅਤੇ ਧਰਨੇ ਵਿੱਚ ਪਹੁੰਚਣ ਦੀ ਗੱਲ ਕੀਤੀ। ਸਰ, ਹੋਰ ਸਟੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਸਮਝੌਤਾ ਹੋ ਗਿਆ ਕਾਂਗਰਸ ਦਾ, ਪੰਜਾਬ 'ਚ ਵੀ ਹੋ ਸਕਦਾ? ਪੰਜਾਬ ਵਿੱਚ ਕੋਈ ਸਮਝੌਤਾ ਨਹੀਂ ਹੈ ਸਾਡਾ ਇਹਨਾਂ ਦੇ ਨਾਲ, ਕਿਉਂਕਿ ਚੰਡੀਗੜ੍ਹ ਵਿੱਚ ਇਹਨਾਂ ਦੀ ਸਰਕਾਰ ਨਹੀਂ, ਉੱਥੇ ਇਹਨਾਂ 'ਤੇ ਕਾਂਗਰਸ ਫਾਇਦਾ ਲੈਣਾ ਚਾਹੁੰਦੀ ਹੈ, ਸਾਨੂੰ ਕੋਈ ਇਤਰਾਜ਼ ਨਹੀਂ। ਲੇਕਿਨ ਪੰਜਾਬ ਦੇ ਵਿੱਚ ਇਹਨਾਂ ਨੇ ਇਸ ਤਰੀਕੇ ਦੇ ਨਾਲ ਰਾਜ ਭਾਗ ਚਲਾਇਆ ਕਿ ਪੰਜਾਬ ਬਹੁਤ ਜ਼ਿਆਦਾ ਪਿੱਛੇ ਚਲੇ ਗਿਆ, ਅਤੇ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਪੰਜਾਬ ਦੀ ਅਰਥ ਵਿਵਸਥਾ ਔਰ ਕਾਨੂੰਨ ਵਿਵਸਥਾ ਦਾ ਇਸ ਤਰ੍ਹਾਂ ਨੁਕਸਾਨ ਹੋਈ ਜਾਵੇ। ਅੱਜ ਗੈਂਗਸਟਰਾਂ ਦਾ ਰਾਜ ਪੰਜਾਬ ਦੇ ਵਿੱਚ ਚੱਲ ਰਿਹਾ, ਫਿਰੌਤੀਆਂ ਮੰਗ ਰਹੇ ਹਨ, ਲੋਕਾਂ ਨੂੰ ਲੁੱਟ ਰਹੇ ਹੈ, ਔਰ ਪੰਜਾਬ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਨਸ਼ੇ ਦਾ ਕੋਈ ਅੰਤ ਨਹੀਂ ਹੈ ਪੰਜਾਬ ਦੇ ਵਿੱਚ, ਘਰ ਘਰ ਦੇ ਵਿੱਚ ਨਸ਼ਾ ਆ ਰਿਹਾ, ਔਰ ਪੁਲਿਸ ਔਰ ਪ੍ਰਸ਼ਾਸਨ ਨਾਲ ਹੋ ਕੇ ਬਕਾ ਰਿਹਾ, ਕੋਈ ਦੇਖ ਨਹੀਂ ਰਿਹਾ। ਇਸ ਕਰਕੇ ਅਸੀਂ ਇਹ ਮੀਟਿੰਗਾਂ ਜਿਹੜੀਆਂ